ਕਹਿੰਦੇ ਨੇ ਸੁਪਨੇ ਉਹੀ ਪੂਰੇ ਹੁੰਦੇ ਨੇ ਜਿਹੜੇ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਜਾਣ। ਅਤੇ ਅੱਜ ਮੈਂ ਇੱਕ ਅਜਿਹੇ ਹੀ ਸੁਪਨੇ ਦੀ ਗੱਲ ਕਰਨ ਜਾ ਰਹੀ ਹਾਂ ਜੋ ਦ ਫੇਮਸ ਰਾਈਟਰ ਐਂਡ ਡਾਇਰੈਕਟਰ ਜਗਦੀਪ ਸਿੱਧੂ ਪੂਰਾ ਕਰਨ ਵਾਲੇ ਨੇ। ਜੀ ਹਾਂ, ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੁਪਨਾ, ਜਿਸ ਦੀ ਅਸੀਂ ਸਾਰੇ ਹੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ, ਉਹ 14 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ। ਅਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਗਦੀਪ ਸਿੱਧੂ ਵੱਲੋਂ ਸਾਡੇ ਨਾਲ ਆਪਣੇ ਇਸ ਡ੍ਰੀਮ ਪ੍ਰੋਜੈਕਟ ਦਾ ਇੱਕ ਹੋਰ ਪੋਸਟਰ ਸ਼ੇਅਰ ਕੀਤਾ ਗਿਆ ਹੈ। ਆਓ ਫਿਰ ਤੁਸੀਂ ਵੀ ਚੈੱਕ ਕਰੋ ਇਸ ਆਫੀਸ਼ੀਅਲ ਪੋਸਟਰ ਨੂੰ। ਹੁਣ ਜੇ ਮੈਂ ਗੱਲ ਕਰਾਂ ਇਸ ਪੋਸਟਰ ਦੀ, ਤਾਂ ਤੁਸੀਂ ਇਸ ਪੋਸਟਰ ਵਿੱਚ ਦੇਖ ਸਕਦੇ ਹੋ ਇੱਕ ਲੜਕੇ ਦਾ ਹੱਥ ਤੇ ਉਹਦੇ ਉੱਪਰ ਇੱਕ ਲੜਕੀ ਦਾ ਪੈਰ। ਸੋ ਇਹ ਹੋ ਸਕਦਾ ਹੈ ਕਿ ਐਮੇ ਵਿਰਕ ਦਾ ਹੱਥ ਹੈ ਤੇ ਤਾਨੀਆ ਦਾ ਪੈਰ। ਸੋ ਮੈਨੂੰ ਤਾਂ ਪੂਰੀ ਉਮੀਦ ਹੈ ਕਿ ਜਿੰਨਾ ਖੂਬਸੂਰਤ ਇਹ ਪੋਸਟਰ ਹੈ ਓਨੀ ਖੂਬਸੂਰਤ ਇਹ ਮੂਵੀ ਹੋਵੇਗੀ। ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਗਦੀਪ ਸਿੱਧੂ ਵੱਲੋਂ ਆਪਣੇ ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਹੋਇਆਂ ਕੈਪਸ਼ਨ ਵਿੱਚ ਕੀ ਲਿਖਿਆ ਗਿਆ, ਆਓ ਤੁਸੀਂ ਚੈੱਕ ਕਰੋ। ਮੋਸਟ ਵਰਿਡ ਫਾਰ ਦਿਸ ਵਨ, ਟਰਾਈ ਟੂ ਸੇ ਲਵ ਸਟੋਰੀ ਇਨ ਮੋਸਟ ਸਿੰਪਲੈਸਟ ਵੇ। Visuals from my childhood, inspiration from few lives, Baba Sabda Supna Pura Kare. Thanks team Supna making this possible. 14 February 2020, yani ki Valentine's wale din, Jagdeep Sidhu da eh supna pura hon ja reha hai. ਹੁਣ ਜੇ ਮੈਂ ਇੱਥੇ ਹੀ ਗੱਲ ਕਰਾਂ ਇਸ ਮੂਵੀ ਬਾਰੇ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਮੂਵੀ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ ਖੁਦ ਜਗਦੀਪ ਸਿੱਧੂ ਵੱਲੋਂ। ਤੇ ਇਸ ਮੂਵੀ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਐਮੇ ਵਿਰਕ, ਤਾਨੀਆ, ਜੈਸਮੀਨ ਬਾਜਵਾ, ਜਗਜੀਤ ਸਿੱਧੂ ਅਤੇ ਕਈ ਹੋਰ। ਤੇ ਉੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਮੂਵੀ ਦੇ ਸਾਰੇ ਗਾਣਿਆਂ ਨੂੰ ਲਿਖਿਆ ਗਿਆ ਹੈ ਦ ਵੈਰੀ ਟੈਲੈਂਟਡ ਲਿਰਿਸਿਸਟ ਜਾਨੀ ਵੱਲੋਂ ਤੇ ਮਿਊਜ਼ਿਕ ਦਿੱਤਾ ਗਿਆ ਹੈ ਬੀ ਪ੍ਰਾਕ ਵੱਲੋਂ। ਸੋ ਮੈਨੂੰ ਪੂਰੀ ਉਮੀਦ ਹੈ ਕਿ ਇਸ ਮੂਵੀ ਦੀ ਸਟੋਰੀ ਲਾਈਨ ਅਤੇ ਡਾਇਰੈਕਸ਼ਨ ਦੇ ਨਾਲ ਨਾਲ ਇਸ ਮੂਵੀ ਦਾ ਮਿਊਜ਼ਿਕ ਵੀ ਸੁਪਰਹਿੱਟ ਹੋਣ ਵਾਲਾ ਹੈ। ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਗੁਰਪ੍ਰੀਤ ਸਿੰਘ ਐਂਡ ਨਵਨੀਤ ਵਿਰਕ ਵੱਲੋਂ। ਸੋ ਜਿੱਥੇ ਇਸ ਮੂਵੀ ਵਿੱਚ ਸਾਨੂੰ ਜੋੜੀ ਦਿਖਣ ਜਾ ਰਹੀ ਹੈ ਐਮੇ ਵਿਰਕ ਅਤੇ ਤਾਨੀਆ ਦੀ, ਮੈਨੂੰ ਪੂਰੀ ਉਮੀਦ ਹੈ ਕਿ ਤਾਨੀਆ ਅਤੇ ਐਮੇ ਵਿਰਕ ਦੀ ਇਹ ਜੋੜੀ ਸਾਡੇ ਸਾਰਿਆਂ ਵੱਲੋਂ ਖੂਬ ਪਸੰਦ ਕੀਤੀ ਜਾਵੇਗੀ। ਅਸੀਂ ਪਹਿਲਾਂ ਵੀ ਐਮੇ ਵਿਰਕ ਅਤੇ ਤਾਨੀਆ ਦੀ ਜੋੜੀ ਨੂੰ ਇੰਜੋਏ ਕਰ ਚੁੱਕੇ ਹਾਂ ਮੂਵੀ ਕਿਸਮਤ ਦੇ ਵਿੱਚ। ਇੱਥੇ ਹੁਣ ਜੇ ਮੈਂ ਗੱਲ ਕਰਾਂ ਐਮੇ ਵਿਰਕ ਅਤੇ ਜਗਦੀਪ ਸਿੱਧੂ ਦੀ ਜੋੜੀ ਦੀ, ਤੁਹਾਨੂੰ ਦੱਸ ਦੇਈਏ ਕਿ ਇਹ ਜੋੜੀ ਬਾਕਮਾਲ ਹੈ ਅਤੇ ਪੰਜਾਬੀ ਇੰਡਸਟਰੀ ਵਿੱਚ ਹਰ ਕੋਈ ਇਸ ਜੋੜੀ ਨੂੰ ਸਲਾਮ ਕਰਦਾ ਹੈ। ਇਹ ਜੋੜੀ ਦੀ ਸ਼ੁਰੂਆਤ ਹੋਈ ਸੀਗੀ ਮੂਵੀ ਹਰਜੀਤਾ ਤੋਂ, ਅਤੇ ਹਰਜੀਤਾ ਮੂਵੀ ਦੀ ਸਕਸੈਸ ਤੋਂ ਬਾਅਦ ਲਗਾਤਾਰ ਜਗਦੀਪ ਸਿੱਧੂ ਅਤੇ ਐਮੇ ਵਿਰਕ ਨੇ ਇਕੱਠਿਆਂ ਕੰਮ ਵੀ ਕੀਤਾ ਅਤੇ ਉਹ ਸਾਰੀਆਂ ਮੂਵੀਜ਼ ਸੁਪਰ ਡੁਪਰ ਹਿੱਟ ਵੀ ਰਹੀਆਂ। ਸੋ ਇੱਥੇ ਹੁਣ ਜੇ ਮੈਂ ਗੱਲ ਕਰਾਂ ਸੁਪਨਾ ਮੂਵੀ ਦੇ ਇਸ ਆਏ ਪੋਸਟਰ ਦੀ, ਤਾਂ ਤੁਹਾਨੂੰ ਦੱਸ ਦਈਏ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਗਦੀਪ ਸਿੱਧੂ ਵੱਲੋਂ ਆਪਣੀ ਇਸ ਮੂਵੀ ਸੁਪਨਾ ਦਾ ਇਹ ਪੋਸਟਰ ਸਾਡੇ ਨਾਲ ਸ਼ੇਅਰ ਕੀਤਾ ਗਿਆ ਇੱਕ ਖਾਸ ਮੌਕੇ ਤੇ। ਜੀ ਹਾਂ, ਉਹ ਖਾਸ ਮੌਕਾ ਸੀ ਜਗਦੀਪ ਸਿੱਧੂ ਦਾ ਬਰਥਡੇ। ਜੀ ਹਾਂ, ਜਗਦੀਪ ਸਿੱਧੂ ਦੇ ਬਰਥਡੇ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਗਿਫਟ ਕੀਤਾ ਹੈ ਇਹ ਪੋਸਟਰ। ਸੋ ਇਸ ਪੋਸਟਰ ਨੂੰ ਦੇਖ ਕੇ ਅਸੀਂ ਸਾਰੇ ਹੋਰ ਵੀ ਐਕਸਾਈਟਡ ਹੋ ਗਏ ਹਾਂ ਜਗਦੀਪ ਸਿੱਧੂ ਦੀ ਇਸ ਮੂਵੀ ਨੂੰ ਦੇਖਣ ਲਈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿੱਥੇ ਅਸੀਂ ਸਾਰੇ ਕਿਸਮਤ ਮੂਵੀ ਨੂੰ ਹਾਲੇ ਤੱਕ ਭੁੱਲ ਨਹੀਂ ਸਕੇ ਤੇ ਹਾਲੇ ਵੀ ਕਿਸਮਤ ਮੂਵੀ ਸਾਡੇ ਲਈ ਕੱਲ੍ਹ ਦੀ ਹੀ ਗੱਲ ਹੈ, ਉਸੇ ਤਰ੍ਹਾਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਸਾਰੇ ਉਡੀਕ ਕਰ ਰਹੇ ਸੀਗੇ ਕਿਸਮਤ 2 ਦੀ। ਤੇ ਇਹ ਉਡੀਕ ਹੁਣ ਖਤਮ ਹੋਵੇਗੀ 2020 ਦੇ ਵਿੱਚ, ਕਿਉਂਕਿ ਜਗਦੀਪ ਸਿੱਧੂ ਵੱਲੋਂ ਸਾਡੇ ਨਾਲ ਇਹ ਵੀ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਸੀ ਕਿ ਉਹ 2020 ਦੇ ਵਿੱਚ ਕਿਸਮਤ 2 ਨੂੰ ਰਿਲੀਜ਼ ਕਰਨਗੇ। ਸੋ ਹੋਰ ਵੀ ਐਕਸਾਈਟਡ ਹੋ ਜਾਓ ਕਿਸਮਤ 2 ਨੂੰ ਦੇਖਣ ਲਈ ਅਤੇ ਇਸੇ ਸਾਲ ਵਿੱਚ ਸੁਪਨਾ ਮੂਵੀ ਨੂੰ ਦੇਖਣ ਲਈ। ਸੋ ਮੈਂ ਤਾਂ ਬਹੁਤ ਐਕਸਾਈਟਡ ਹਾਂ 14 ਫਰਵਰੀ ਨੂੰ ਸੁਪਨਾ ਮੂਵੀ ਦੇਖਣ ਲਈ। ਤੁਸੀਂ ਕਿੰਨੇ ਐਕਸਾਈਟਡ ਹੋ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com। ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।